ਤਾਂ ਹੁਣ ਮੁੰਬਈ ਦਾ ਰੁੱਖ ਕਰ ਰਹੇ ਨੇ ਕੈਪਟਨ ਅਮਰਿੰਦਰ ਸਿੰਘ ਆਪਣੀ ਟੀਮ ਦੇ ਨਾਲ ਤੇ ਮਕਸਦ ਸਿੱਧਾ ਸਿੱਧਾ ਸੂਬੇ ਦੇ ਵਿੱਚ ਨਿਵੇਸ਼ ਨੂੰ ਵਧਾਉਣ ਦਾ ਹੈ ਕਿੰਨਾ ਕਾਮਯਾਬੀ ਉਹਨਾਂ ਨੂੰ ਮਿਲਦੀ ਹੈ ਕਿੰਨੇ ਕਾਮਯਾਬ ਹੁੰਦੇ ਨੇ ਸਮਾਂ ਦੱਸੇਗਾ ਪਰ ਇਸ ਸਭ ਦੇ ਵਿਚਾਲੇ ਕੈਗ ਦੀ ਰਿਪੋਰਟ ਸਾਹਮਣੇ ਆ ਰਹੀ ਹੈ ਤੇ ਨਾਲ ਨਾਲ ਖੁਲਾਸੇ ਤੇ ਸਾਬਕਾ ਸਰਕਾਰ ਤੇ ਸਵਾਲ ਵੀ ਚੁੱਕ ਰਹੀ ਹੈ ਜੇ ਆ ਪੰਜਾਬ ਵਿੱਚ ਸਿਹਤ ਸਹੂਲਤਾਂ ਨੂੰ ਲੈ ਕੇ ਕੈਗ ਦੀ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਕਿ ਸੂਬੇ 'ਚ ਸਿਹਤ ਸਹੂਲਤਾਂ ਪੱਖੋਂ ਸੂਬਾ ਕਾਫੀ ਪਛੜਿਆ ਇਸ ਰਿਪੋਰਟ ਦੇ ਵਿੱਚ ਬੁਨਿਆਦੀ ਢਾਂਚੇ ਦੇ ਨਾਲ ਨਾਲ ਸਹੂਲਤਾਂ ਪੱਖੋਂ ਵੀ ਖਾਮੀਆਂ ਉਜਾਗਰ ਹੋਈਆਂ ਨੇ ਪੰਜਾਬ ਦੀ ਮਾਲੀ ਸਿਹਤ ਦੇ ਨਾਲ ਨਾਲ ਪੰਜਾਬ ਸਿਹਤ ਸਹੂਲਤਾਂ ਪੱਖੋਂ ਵੀ ਪਸਤ ਹੈ ਇਹ ਦਾਅਵਾ ਕੈਗ ਦੀ ਨਵੀਂ ਰਿਪੋਰਟ ਦਾ ਬੇਸ਼ੱਕ ਪਿਛਲੀ ਸਰਕਾਰ ਵੱਲੋਂ ਸੂਬੇ ਦੀਆਂ ਚੰਗੀਆਂ ਸਿਹਤ ਸੇਵਾਵਾਂ ਦਾ ਦਾਅਵਾ ਕੀਤਾ ਗਿਆ ਸੀ ਪਰ ਕੈਗ ਦੀ ਰਿਪੋਰਟ ਇਸ ਤੋਂ ਠੀਕ ਉਲਟ ਨਜ਼ਰ ਆ ਰਹੀ ਹੈ ਰਿਪੋਰਟ ਮੁਤਾਬਕ ਸਾਲ 2011 ਤੋਂ 2016 ਦਰਮਿਆਨ ਸਾਰੇ ਸੈਂਟਰ ਤੇ ਪੱਬ ਢਾਂਚੇ ਦੀ ਭਾਰੀ ਕਮੀ ਪਾਈ ਗਈ ਪੜਤਾਲ 'ਚ ਸ਼ਾਮਲ ਕੀਤੇ ਗਏ ਕੇਂਦਰਾਂ 'ਚ ਅਲਟਰਾਸਾਊਂਡ ਬਲੱਡ ਸਟੋਰ ਸੁਰੱਖਿਅਤ ਅਬਰਸ਼ਨ ਅਤੇ ਫਿਕਸਡ ਦਵਾਈਆਂ ਦੀ ਭਾਰੀ ਕਮੀ ਪਾਈ ਗਈ ਇਸ ਦੇ ਇਲਾਵਾ 2016 ਵਿੱਚ ਮਨਜ਼ੂਰ ਸ਼ੁਦਾ ਸਟਾਫ ਦੇ ਮਾਮਲੇ ਵਿੱਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ ਦੀ ਘਾਟ 62% ਤੱਕ ਰਹੀ ਅਤੇ ਕੇਡਰ ਸਟਾਫ ਦੇ ਮਾਮਲੇ ਵਿੱਚ ਵੀ ਨੈਸ਼ਨਲ ਪਾਲਿਸੀ ਦੇ ਮੁਤਾਬਕ 100% ਘੱਟ ਰਹੀ ਇਸੇ ਤਰ੍ਹਾਂ ਸਿਹਤ ਸਹੂਲਤਾਂ ਮੁਤਲਕ ਆਇਰਨ ਅਤੇ ਫਲੋਰਿਕ ਐਸਿਡ ਗੋਲੀਆਂ ਅਤੇ ਟੈਟਨਸ ਟੀਕਾਕਰਨ ਪ੍ਰਦਾਨ ਕਰਨ ਦੇ ਲਈ 21% ਗਰਭਵਤੀ ਔਰਤਾਂ ਨੂੰ ਕਵਰ ਹੀ ਨਹੀਂ ਕੀਤਾ ਗਿਆ 21% ਡਿਲੀਵਰੀ ਘਰਾਂ ਵਿੱਚ ਅਦਾਈ ਦੇ ਜ਼ਰੀਏ ਹੋਈਆਂ ਜਿਸ ਵਿੱਚ ਇਸ ਸਮੇਂ ਦੌਰਾਨ 14% ਇਜ਼ਾਫਾ ਹੋਇਆ 138 ਕੇਂਦਰਾਂ ਵਿੱਚ ਕੋਈ ANMS ਨਹੀਂ 427 PHC ਚੋਂ 37 ਵਿੱਚ ਐਲੋਪੈਥੀ ਡਾਕਟਰ 93 ਵਿੱਚ ਫਾਰਮਾਸਿਸਟ 99 ਵਿੱਚ ਲੇਡੀ ਹੈਲਥ ਵਿਜ਼ਟਰ 143 ਵਿੱਚ ਲੈਬੋਰਟਰੀ ਟੈਕਨੀਸ਼ੀਅਨ ਅਤੇ 397 ਵਿੱਚ ਕੋਈ ਵੀ ਅਕਾਊਂਟੈਂਟ ਨਹੀਂ ਇਸੇ ਤਰ੍ਹਾਂ 150 CSC ਦੇ ਲਈ 150 ਦੀ ਬਜਾਏ ਸਿਰਫ 15 ਪਬਲਿਕ ਹੈਲਥ ਨਰਸਜ਼ ਹੀ ਹਨ ਜਦਕਿ ਮਾਰਚ 2016 ਵਿੱਚ ਸੂਬੇ ਦੀ ਕਿਸੇ ਵੀ CSC 'ਚ ਕੋਈ ਵੀ ਨਰਸ ਨਹੀਂ ਲਾਈ ਗਈ ਇਸ ਦੇ ਇਲਾਵਾ ਡੈਂਟਲ ਸਰਜਨ ਮੈਡੀਕਲ ਅਫਸਰ ਡੈਂਟਲ ਅਸਿਸਟੈਂਟ ਕੋਲਡ ਚੇਨ ਅਤੇ ਕੈਸ਼ੀਅਰ OT ਟੈਕਨੀਸ਼ੀਅਨ ਕਲਰਕ ਅੰਕੜਾ ਸਹਾਇਕ ਸਮੇਤ ਕੋਈ ਵੀ CSC ਦੇ ਲਈ ਪੋਸਟ ਮਨਜ਼ੂਰ ਨਹੀਂ ਕੀਤੀ ਗਈ ਕੈਗ ਦੇ ਇਹਨਾਂ ਖੁਲਾਸਿਆਂ ਨੇ ਨਵੀਂ ਸਰਕਾਰ ਨੂੰ ਪਿਛਲੀ ਸਰਕਾਰ ਨੂੰ ਘੇਰਨ ਦਾ ਮੌਕਾ ਦੇ ਦਿੱਤਾ ਹੈ ਹਾਲਾਂਕਿ ਅਕਾਲੀ ਬੀਜੇਪੀ ਸਰਕਾਰ ਦੀ ਦਲੀਲ ਹੈ ਕਿ ਇਸ ਖੇਤਰ 'ਚ ਬਹੁਤ ਕੰਮ ਹੋਇਆ ਪਰ ਇਸ ਦਾ ਦਾਇਰਾ ਬਹੁਤ ਵਿਸ਼ਾਲ ਹੋਣ ਦੀ ਵਜ੍ਹਾ ਨਾਲ ਜੇ ਉਹ ਕਮੀ ਰਹਿ ਗਈ ਹੈ ਤਾਂ ਮੌਜੂਦਾ ਸਰਕਾਰ ਉਸ ਨੂੰ ਪੂਰਾ ਕਰੇ ਕਿ ਡਿਸਪੈਂਸਰੀਆਂ 'ਚ ਸਾਡੇ CHC 'ਚ PHC 'ਚ ਹੋਸਪਿਟਲਸ ਦੇ ਵਿੱਚ ਪੈਰਾਮੈਡੀਕਲ ਸਟਾਫ ਦੀ ਕਮੀ ਹੈ ਡਾਕਟਰਾਂ ਦੀ ਕਮੀ ਹੈ ਸਪੈਸ਼ਲਿਸਟ ਦੀ ਕਮੀ ਹੈ ਪਰ ਉਸ ਵੇਲੇ ਕੋਈ ਐਂ ਲੱਗਦਾ ਸੀ ਵੀ ਇਹਨਾਂ ਦਾ ਧਿਆਨ ਨਹੀਂ ਹੈ ਹੈਲਥ ਸਰਵਿਸ ਅੱਛੀਆਂ ਹੈਲਥ ਸਰਵਿਸ ਦੇਣ ਬਾਰੇ ਔਰ ਹੁਣ ਵੀ ਮੈਂ ਦੇਖ ਰਿਹਾ ਜਿਸ ਵੇਲੇ ਔਰ ਕੈਗ ਦੀ ਰਿਪੋਰਟ ਨੇ ਤਾਂ ਸਾਬਤ ਹੀ ਕਰ ਦਿੱਤਾ ਕਿਉਂਕਿ ਕੈਗ ਇੱਕ ਐਸੀ ਚੀਜ਼ ਹੈ ਜਿਹੜੀ ਰਿਪੋਰਟ ਹੁੰਦੀ ਹੈ ਉਹ ਇੱਕ ਤਰ੍ਹਾਂ 'ਤੇ ਜਿਹੜੀ ਸਰਕਾਰ 'ਤੇ ਉਹ ਟਿੱਪਣੀ ਆਉਂਦੀ ਹੈ ਉਹ ਇੱਕ ਤਰ੍ਹਾਂ 'ਤੇ ਮੈਂ ਸਮਝਦਾ ਕਿ ਇੱਕ ਸਟਿਗਮਾ ਹੀ ਹੈ ਸਰਕਾਰ 'ਤੇ ਔਰ ਇੱਕੋ ਸੱਚਾਈ ਹੁੰਦੀ ਹੈ ਸੋ ਜਿਹੜੀ ਚੀਜ਼ ਮੈਂ ਉਦੋਂ ਕਹਿੰਦਾ ਰਿਹਾ ਐਜ਼ MLA ਬੋਲਦਾ ਰਿਹਾ ਅੱਜ ਉਹ ਕੈਗ ਦੀ ਰਿਪੋਰਟ ਨੇ ਸਾਬਤ ਕਰਤਾ ਇਸ ਕਰਕੇ ਜਿਹੜੀ ਕੋਈ ਇਹਨਾਂ ਨੂੰ ਲੱਗਦਾ ਕਿ ਕਸਰ ਰਹਿ ਗਈ ਸੀ ਹੁਣ ਪੂਰੀ ਕਰ ਕੁਛ ਕਰਕੇ ਦਿਖਾਉਣਗੇ ਅਸੀਂ ਵੈਲਕਮ ਕਰਾਂਗੇ ਪਰ ਹੁਣ ਵਾਰ ਵਾਰ ਉਹੀ ਬਿਆਨਬਾਜ਼ੀ ਜਿਹੜੀ ਹੈ ਇਲੈਕਸ਼ਨ ਬੋਰਡ 'ਚੋਂ ਬਾਹਰ ਆ ਜਾਣ ਹੁਣ ਅੱਗੋਂ ਕੁਛ ਹੋਰ ਪੋਜ਼ੀਟਿਵ ਕਰਕੇ ਜਿਹੜਾ ਉਹ ਦਿਖਾਉ ਚੰਗੀਆਂ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹਰ ਸਰਕਾਰ ਦਾ ਬੁਨਿਆਦੀ ਫਰਜ਼ ਹੈ ਪਰ ਕੈਗ ਦੀ ਇਸ ਤਾਜ਼ਾ ਰਿਪੋਰਟ ਵਿੱਚ ਸਾਹਮਣੇ ਆਏ ਅੰਕੜੇ ਸਰਕਾਰ ਦੇ ਦਾਅਵਿਆਂ ਅਤੇ ਜ਼ਮੀਨੀ ਹਕੀਕਤ ਦੀ ਪੋਤੜੇ ਫਰੋੜ ਰਹੇ ਨੇ ਜਗਤਾਰ ਭੁੱਲਰ ਜ਼ੀ ਮੀਡੀਆ ਚੰਡੀਗੜ੍ਹ